3 ਸਾਲਾਂ ਦੀ ਮਿਹਨਤ ਤੋਂ ਬਾਅਦ ਆਬੂ ਧਾਬੀ ਦੇ ਵਿੱਚ ਇੰਜੀਨੀਅਰ ਅਤੇ ਆਰਕੀਟੈਕਟ ਇੱਕ ਅਜਿਹੀ ਬਿਲਡਿੰਗ ਦਾ ਢਾਂਚਾ ਬਣਾ ਚੁੱਕੇ ਸਨ ਜਿਹੜੀ ਕਿਸੇ ਵੀ ਤਰ੍ਹਾਂ ਦੇ ਨਾਲ ਸੰਭਵ ਨਹੀਂ ਸੀ। ਇਹ ਕੈਪੀਟਲ ਗੇਟ ਬਿਲਡਿੰਗ ਦਾ ਢਾਂਚਾ ਸੀ ਜਿਸ ਨੇ ਆਬੂ ਧਾਬੀ ਦੇ ਖਲੀਫਾ ਬਿਨ ਜ਼ੈਦ ਨਯਾਇਨ ਦੀ ਫਰਮਾਇਸ਼ ਦੇ ਉੱਪਰ ਬਣਾਇਆ ਗਿਆ ਸੀ, ਕਿਉਂਕਿ ਇਸ ਬਿਲਡਿੰਗ ਦਾ ਲੱਖਾਂ ਟਨ ਭਾਰ ਸਿਰਫ ਇੱਕ ਪਾਸੇ ਨੂੰ ਝੁਕਿਆ ਹੋਇਆ ਸੀ। ਇਸ ਕਰਕੇ ਇੰਜੀਨੀਅਰ ਨੂੰ ਇਹ ਵੀ ਬਹੁਤ ਵੱਡਾ ਡਰ ਸੀ ਕਿ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਜੇਕਰ ਥੋੜਾ ਬਹੁਤਾ ਵੀ ਭਾਰ ਇਸ ਬਿਲਡਿੰਗ ਦਾ ਕਿਸੇ ਪਾਸੇ ਨੂੰ ਵੱਧ ਗਿਆ ਤਾਂ ਇਹ ਪੂਰੀ ਦੀ ਪੂਰੀ ਬਿਲਡਿੰਗ ਢਹਿ ਢੇਰੀ ਹੋ ਜਾਵੇਗੀ। ਇੱਥੇ ਤੱਕ ਪਹੁੰਚਣ ਦੇ ਲਈ ਕੰਸਟਰਕਸ਼ਨ ਟੀਮ ਨੇ ਜਿੰਨਾ ਜਿੰਨਾ ਚੈਲੰਜਾਂ ਦਾ ਸਾਹਮਣਾ ਕੀਤਾ ਸੀ ਉਹ ਚੈਲੰਜ ਤਾਂ ਬੁਰਜ ਖਲੀਫਾ ਨੂੰ ਬਣਾਉਂਦੇ ਸਮੇਂ ਵੀ ਨਹੀਂ ਆਏ ਸਨ, ਕਿਉਂਕਿ ਕੈਪੀਟਲ ਗੇਟ ਬਿਲਡਿੰਗ ਦਾ ਡਿਜ਼ਾਈਨ ਇੱਕ ਅਜਿਹਾ ਡਿਜ਼ਾਈਨ ਸੀ ਜਿਹੜਾ ਫਿਜ਼ੀਕਲ ਦੇ ਸਾਰੇ ਲਾਅ ਨੂੰ ਤੋੜਨ ਦੇ ਨੇੜੇ ਤੇੜੇ ਸੀ। ਜਦੋਂ ਬਿਲਡਿੰਗ ਲਾਂਚ ਦੇ ਲਈ ਬਿਲਕੁਲ ਤਿਆਰ ਹੋ ਗਈ ਸੀ ਉਦੋਂ ਅਬੂ ਖਲੀਫਾ ਵੱਲੋਂ ਕੰਸਟਰਕਸ਼ਨ ਟੀਮ ਨੂੰ ਇੱਕ ਅਜਿਹਾ ਸੰਦੇਸ਼ ਆਇਆ ਜਿਸ ਨੇ ਉਹਨਾਂ ਦੀ ਨੀਂਦ ਉਡਾ ਦਿੱਤੀ। ਅਬੂ ਖਲੀਫਾ ਨੇ ਕੰਸਟਰਕਸ਼ਨ ਟੀਮ ਨੂੰ ਕਿਹਾ ਕਿ ਉਹਨਾਂ ਨੂੰ ਇਸ ਬਿਲਡਿੰਗ ਦੇ ਟਾਪ ਦੇ ਉੱਪਰ ਇੱਕ ਹੈਲੀਪੈਡ ਵੀ ਚਾਹੀਦਾ ਹੈ। ਇਹ ਸੰਦੇਸ਼ ਕੰਸਟਰਕਸ਼ਨ ਟੀਮ ਦੇ ਉੱਪਰ ਪਹਾੜ ਵਾਂਗ ਡਿੱਗਿਆ, ਕਿਉਂਕਿ ਇਸ ਬਿਲਡਿੰਗ ਦਾ ਦੂਰ ਜਾਂ ਆਪਾਂ ਕਹੀਏ ਭਾਰ ਪਹਿਲਾਂ ਹੀ ਆਪਣੇ ਸਿਰੇ ਤੇ ਜਾਨੀ ਕਿ ਲਿਮਟ ਦੇ ਉੱਪਰ ਸੀ। ਨਾ ਹੀ ਇਸ ਬਿਲਡਿੰਗ ਦੇ ਟਾਪ ਦੇ ਉੱਪਰ ਹੈਲੀਪੈਡ ਬਣਾਉਣ ਦੇ ਲਈ ਕੋਈ ਜਗ੍ਹਾ ਛੱਡੀ ਗਈ ਸੀ ਤੇ ਨਾ ਹੀ ਇਹ ਬਿਲਡਿੰਗ ਦਾ ਡਿਜ਼ਾਈਨ ਹੈਲੀਪੈਡ ਬਣਾਉਣ ਦੀ ਆਗਿਆ ਦਿੰਦਾ ਸੀ ਤੇ ਨਾ ਹੀ ਇੰਜੀਨੀਅਰਸ ਦੇ ਵਿੱਚ ਸ਼ੇਖ ਨੂੰ ਮਨਾ ਕਰਨ ਦੀ ਹਿੰਮਤ ਸੀ। ਹੁਣ ਸਿਰਫ ਇੱਕੋ ਇੱਕ ਹੱਲ ਬਚਿਆ ਸੀ ਕਿ ਕਿਸੇ ਵੀ ਹਾਲ ਦੇ ਵਿੱਚ ਹੈਲੀਪੈਡ ਨੂੰ ਬਿਲਡਿੰਗ ਦੇ ਟਾਪ ਦੇ ਉੱਪਰ ਬਣਾਇਆ ਜਾਵੇ। ਪਰ ਹੁਣ ਸਵਾਲ ਇਹ ਉੱਠਦਾ ਸੀ ਕਿ ਆਖਰ ਅਜਿਹਾ ਕੀਤਾ ਕਿਵੇਂ ਜਾਵੇਗਾ। ਕੈਪੀਟਲ ਗੇਟ ਬਿਲਡਿੰਗ ਆਬੂ ਧਾਬੀ ਦੇ ਵਿੱਚ ਮੌਜੂਦ ਹੈ ਜਿਹੜੀ ਕਿ ਦੁਨੀਆ ਦੀ ਸੁੰਦਰ ਬਿਲਡਿੰਗਾਂ ਦੇ ਵਿੱਚੋਂ ਇੱਕ ਹੈ। ਇਹ ਬਿਲਡਿੰਗ ਇੰਨੀ ਜ਼ਿਆਦਾ ਉੱਚੀ ਤਾਂ ਨਹੀਂ, ਪਰ ਇਸ ਬਿਲਡਿੰਗ ਦੇ ਆਰਕੀਟੈਕਟ ਦੇ ਨਿਯਮਾਂ ਨੇ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ। 524 ਫੁੱਟ ਉੱਚੀ ਇਸ ਬਿਲਡਿੰਗ ਦਾ ਅੱਧੇ ਤੋਂ ਵੱਧ ਭਾਰ ਇੱਕ ਪਾਸੇ ਨੂੰ ਝੁਕਿਆ ਹੋਇਆ ਹੈ। ਇਹ ਕਿਸੇ ਗਲਤੀ ਦੇ ਕਾਰਨ ਨਹੀਂ ਹੋਇਆ, ਬਲਕਿ ਇਸ ਬਿਲਡਿੰਗ ਦਾ ਡਿਜ਼ਾਈਨ ਹੀ ਅਜਿਹਾ ਹੈ, ਕਿਉਂਕਿ ਕੈਪੀਟਲ ਬਿਲਡਿੰਗ ਦਾ ਝੁਕਾਅ ਇਟਲੀ ਦੇ ਲੀਨਿੰਗ ਟਾਵਰ ਤੋਂ 5 ਗੁਣਾ ਜ਼ਿਆਦਾ ਹੈ। ਇਸ ਕਰਕੇ ਇਸ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵੀ ਮਿਲ ਚੁੱਕਿਆ ਹੈ। ਹੁਣ ਆਪਾਂ ਜਾਣਦੇ ਹਾਂ ਕਿ ਆਬੂ ਧਾਬੀ ਦੇ ਸ਼ੇਖ ਨੂੰ ਅਜਿਹੀ ਕੀ ਜ਼ਰੂਰਤ ਪੈ ਗਈ ਸੀ ਜਿਸ ਕਰਕੇ ਉਹਨਾਂ ਨੇ ਇੰਨੀ ਖਤਰਨਾਕ ਬਿਲਡਿੰਗ ਬਣਾਈ। ਅਸਲ ਦੇ ਵਿੱਚ ਦੁਨੀਆ ਦੇ ਅੰਦਰ ਹੁਣ ਅਲੱਗ-ਅਲੱਗ ਬਿਲਡਿੰਗਾਂ ਦੇ ਢਾਂਚੇ ਬਣਾਉਣ ਦੀ ਰੇਸ ਚੱਲ ਰਹੀ ਹੈ। ਇਸ ਦੇ ਵਿੱਚ ਜਿੱਤੇਗਾ ਉਹੀ ਜੋ ਸਭ ਤੋਂ ਅਲੱਗ ਤੇ ਸਭ ਤੋਂ ਮੁਸ਼ਕਲ ਤਰੀਕੇ ਦੇ ਨਾਲ ਬਿਲਡਿੰਗ ਬਣਾਏਗਾ। ਇਸ ਦੌੜ ਦੇ ਵਿੱਚ ਹਿੱਸਾ ਲੈਣ ਦੇ ਲਈ ਤੇ ਦੁਨੀਆ ਭਰ ਤੋਂ ਟੂਰਿਸਟ ਨੂੰ ਆਕਰਸ਼ਿਤ ਕਰਨ ਦੇ ਲਈ ਇਸ ਦੌੜ ਦੇ ਵਿੱਚ ਹਿੱਸਾ ਲੈਣ ਦੇ ਲਈ 2007 ਦੇ ਵਿੱਚ ਆਬੂ ਧਾਬੀ ਦੇ ਖਲੀਫਾ ਬਿਨ ਜ਼ੈਦ ਨਯਾਇਨ ਵੀ ਇਸ ਰੇਸ ਦੇ ਵਿੱਚ ਸ਼ਾਮਲ ਹੋ ਗਏ। ਇਹਨਾਂ ਦਾ ਟਾਰਗੇਟ ਦੁਨੀਆ ਦੀ ਉੱਚੀ ਬਿਲਡਿੰਗ ਬਣਾਉਣਾ ਨਹੀਂ, ਬਲਕਿ ਇੱਕ ਅਜਿਹੀ ਬਿਲਡਿੰਗ ਬਣਾਉਣਾ ਸੀ ਜਿਸ ਨੂੰ ਦੇਖਣ ਦੇ ਲਈ ਦੁਨੀਆ ਭਰ ਤੋਂ ਲੋਕ ਇੱਥੇ ਆਉਣ। ਆਪਣੇ ਮਕਸਦ ਨੂੰ ਪੂਰਾ ਕਰਨ ਦੇ ਲਈ ਖਲੀਫਾ ਨੇ ਆਪਣੇ ਕਜ਼ਨ ਸ਼ੇਖ ਸੁਲਤਾਨ ਨੂੰ ਨਿਯੁਕਤ ਕੀਤਾ। ਇਹ ਟਾਸਕ ਮਿਲਦੇ ਹੀ ਸੁਲਤਾਨ ਨੇ ਲੰਡਨ ਦੀ ਟਾਪ ਆਰਕੀਟੈਕਟ ਫਰਮ RMJM ਦੇ ਨਾਲ ਸੰਪਰਕ ਕੀਤਾ। ਕਿਵੇਂ ਇੰਜੀਨੀਅਰਸ ਅਤੇ ਵਰਕਰਸ ਨੇ ਇਸ ਖਤਰਨਾਕ ਚੁਣੌਤੀ ਨੂੰ ਪੂਰਾ ਕੀਤਾ, ਕਿਵੇਂ ਇਸ ਬਿਲਡਿੰਗ ਨੂੰ ਠੀਕ 18 ਡਿਗਰੀ ਤੱਕ ਮੋੜਿਆ ਗਿਆ, ਕਿਵੇਂ ਲੱਖਾਂ ਟਨ ਭਾਰ ਵਾਲੇ ਇਸ ਝੁਕਾਅ ਨੂੰ ਡੇਗਣ ਤੋਂ ਬਚਾਇਆ ਗਿਆ। ਅਜਿਹੀ ਰੋਚਕ ਤੱਥ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਸ ਬਿਲਡਿੰਗ ਦੇ ਬਾਰੇ ਦੱਸਾਂਗੇ। ਸੋ ਜੁੜੇ ਰਹੋ ਮੇਰੇ ਨਾਲ, ਮੈਂ ਤੁਹਾਡਾ ਜਸਪੀ ਸਿੰਘ, ਤੁਸੀਂ ਦੇਖ ਰਹੇ ਹੋ ਜੋ ਟੀਵੀ। ਚੈਲੰਜ ਨੰਬਰ 1, ਲੰਡਨ ਦੀ ਆਰਕੀਟੈਕਟ ਫਰਮ ਨੂੰ ਜਦੋਂ ਇਹ ਟਾਸਕ ਦਿੱਤਾ ਗਿਆ ਇਹਨਾਂ ਦੀ ਸਭ ਤੋਂ ਵੱਡੀ ਪਹਿਲੀ ਚੁਣੌਤੀ ਅਜਿਹੀ ਸੀ ਕਿ ਇੱਕ ਅਜਿਹੀ ਬਿਲਡਿੰਗ ਦਾ ਡਿਜ਼ਾਈਨ ਬਣਾਉਣਾ ਜਿਹੜੀ ਕਿ ਆਰਕੀਟੈਕਟ ਦੇ ਸਾਰੇ ਨਿਯਮਾਂ ਨੂੰ ਤੋੜਦੀ ਹੋਵੇ। ਆਰਕੀਟੈਕਟ ਦੀ ਟੀਮ ਨੇ ਕਈ ਡਿਜ਼ਾਈਨ ਬਣਾ ਕੇ ਸ਼ੇਖ ਨੂੰ ਭੇਜੇ ਪਰ ਉਹਨਾਂ ਨੇ ਸਾਰੇ ਡਿਜ਼ਾਈਨ ਰਿਜੈਕਟ ਕਰ ਦਿੱਤੇ ਤੇ ਫਿਰ ਉਹਨਾਂ ਨੇ ਇਹ ਬਿਲਡਿੰਗ ਦਾ ਡਿਜ਼ਾਈਨ ਬਣਾਉਣ ਦੇ ਲਈ ਰੇਗਿਸਤਾਨ ਦੇ ਟੱਲੇ ਅਤੇ ਸਮੁੰਦਰੀ ਲਹਿਰਾਂ ਤੋਂ ਪ੍ਰੇਰਣਾ ਲਈ ਤੇ ਹੁਣ ਬਾਰੀ ਸੀ ਕੁਦਰਤ ਦੇ ਇਸ ਖੂਬਸੂਰਤ ਦ੍ਰਿਸ਼ ਨੂੰ ਸ਼ਕਲ ਦੇਣ ਦੀ। ਆਰਕੀਟੈਕਟ ਨੀਲ ਵੈਨ ਨੇ ਦਿਨ ਰਾਤ ਇੱਕ ਕਰਕੇ ਇੱਕ ਅਜਿਹਾ ਡਿਜ਼ਾਈਨ ਪੇਸ਼ ਕੀਤਾ ਜਿਸ ਨੂੰ ਸਮੁੰਦਰੀ ਲਹਿਰਾਂ ਦੀ ਸ਼ਕਲ ਦਿੱਤੀ ਗਈ ਤੇ ਇਸ ਦਾ ਬਾਟਮ ਬਿਲਕੁਲ ਰੇਤ ਦੇ ਟੱਲਿਆਂ ਵਰਗਾ ਸੀ ਤੇ ਇਸ ਬਿਲਡਿੰਗ ਦਾ ਵਿਊ ਹਰ ਇੱਕ ਕੋਨੇ ਤੋਂ ਅਲੱਗ ਤਰ੍ਹਾਂ ਦਾ ਦਿਸਦਾ ਸੀ। ਚੈਲੰਜ ਨੰਬਰ 2, ਇਹ ਡਿਜ਼ਾਈਨ ਸ਼ੇਖ ਨੂੰ ਤਾਂ ਕਾਫੀ ਜ਼ਿਆਦਾ ਪਸੰਦ ਆਇਆ ਪਰ ਹੁਣ ਚੁਣੌਤੀ ਇਹ ਸੀ ਕਿ ਕੈਪੀਟਲ ਗੇਟ ਨੂੰ ਬਣਾਉਣ ਦੇ ਲਈ ਐਕਸਟਰਾ ਆਰਡੀਨਰੀ ਇੰਜੀਨੀਅਰਿੰਗ ਦੀ ਜ਼ਰੂਰਤ ਸੀ। ਇਸ ਬਿਲਡਿੰਗ ਦੇ ਡਿਜ਼ਾਈਨ ਦੇ ਹਿਸਾਬ ਦੇ ਨਾਲ ਇਸ ਬਿਲਡਿੰਗ ਦਾ ਟਾਪ ਉਸ ਦੇ ਬਾਟਮ ਤੋਂ 108 ਡਿਗਰੀ ਸਾਈਡ ਦੇ ਉੱਪਰ ਸੀ। ਇਸ ਦੇ ਨਾਲ ਬਹੁਤ ਜ਼ਿਆਦਾ ਫੋਰਸ ਪੈਦਾ ਹੋਣੀ ਸੀ ਜਿਹੜੀ ਕਿ ਬਿਲਡਿੰਗ ਦੀ ਫਾਊਂਡੇਸ਼ਨ ਤੱਕ ਨੂੰ ਵੀ ਉਖਾੜ ਸਕਦੀ ਸੀ। ਹੁਣ ਕੰਸਟਰਕਸ਼ਨ ਟੀਮ ਦੇ ਸਾਹਮਣੇ ਇੱਕ ਅਜਿਹੀ ਚੁਣੌਤੀ ਸੀ ਜਿਹੜੀ ਕਿ ਲੱਖਾਂ ਟਨ ਇੱਕ ਪਾਸੇ ਨੂੰ ਝੁਕੀ ਹੋਈ ਬਿਲਡਿੰਗ ਦੇ ਭਾਰ ਨੂੰ ਆਰਾਮ ਦੇ ਨਾਲ ਚੱਲ ਸਕੇ। ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ ਪ੍ਰੋਜੈਕਟ ਦੇ ਆਰਕੀਟੈਕਟ ਟੋਨੀ ਨੇ ਫਾਊਂਡੇਸ਼ਨ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਕੈਪੀਟਲ ਗੇਟ ਦੀ ਫਾਊਂਡੇਸ਼ਨ ਯਾਨੀ ਕਿ ਉਸ ਦੀ ਨੀਂਹ ਦੇ ਵਿੱਚ 400 ਕੰਕਰੀਟ ਪਾਈਲਸ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਗਿਆ, ਭਾਵੇਂ ਕਿ ਇਸ ਬਿਲਡਿੰਗ ਦਾ ਸਾਰਾ ਲੋਡ ਲੋਹੇ ਦੇ ਮੋਟੇ-ਮੋਟੇ ਪਾਈਪਾਂ ਤੇ ਉਹਨਾਂ ਦੇ ਅੰਦਰ ਭਰੇ ਕੰਕਰੀਟ ਦੇ ਉੱਪਰ ਪਾਇਆ ਜਾਣਾ ਸੀ। ਫਿਰ ਵੀ ਇਹ ਕੋਈ ਆਮ ਫਾਊਂਡੇਸ਼ਨ ਨਹੀਂ ਸੀ ਜਿਸ ਪਾਸੇ ਨੂੰ ਬਿਲਡਿੰਗ ਝੁਕੇਗੀ। ਉਸ ਪਾਸੇ ਫਾਊਂਡੇਸ਼ਨ ਦੇ ਥੱਲੇ 200 ਪਾਈਲਸ ਹੋਰ ਲਗਾਏ ਗਏ, ਦੂਜੇ ਪਾਸੇ ਪਾਈਲਸ ਦੀ ਲੰਬਾਈ ਜ਼ਿਆਦਾ ਰੱਖੇਗੀ ਜਿਨ੍ਹਾਂ ਨੂੰ ਜ਼ਮੀਨ ਦੇ ਅੰਦਰ ਮੌਜੂਦ ਮੋਟੇ-ਮੋਟੇ ਪੱਥਰਾਂ ਦੇ ਵਿੱਚ ਡ੍ਰਿਲ ਕਰ ਦਿੱਤਾ ਗਿਆ। ਇੰਜੀਨੀਅਰਸ ਦਾ ਮੰਨਣਾ ਸੀ ਇਸ ਤਰ੍ਹਾਂ ਦੇ ਨਾਲ ਫਾਊਂਡੇਸ਼ਨ ਦਾ ਲੋਡ ਪੂਰੀ ਤਰ੍ਹਾਂ ਦੇ ਨਾਲ ਡਿਸਟ੍ਰੀਬਿਊਟ ਹੋ ਜਾਵੇਗਾ। ਚੈਲੰਜ ਨੰਬਰ 3, ਕੈਪੀਟਲ ਗੇਟ ਬਿਲਡਿੰਗ ਦਾ ਡਿਜ਼ਾਈਨ ਹੁਣ ਤਿਆਰ ਸੀ। ਹੁਣ ਇੰਜੀਨੀਅਰਸ ਨੇ ਲੀਨਿੰਗ ਟਾਵਰ ਯਾਨੀ ਕਿ ਝੁਕੇ ਹੋਏ ਟਾਵਰ ਦੇ ਲੋਡ ਨੂੰ ਡਿਸਟ੍ਰੀਬਿਊਟ ਕਰਨਾ ਸੀ, ਇਸ ਲਈ ਉਹਨਾਂ ਨੇ ਐਕਸਟਰਾ ਆਰਡੀਨਰੀ ਫਾਊਂਡੇਸ਼ਨ ਨੂੰ ਵੀ ਤਿਆਰ ਕੀਤਾ। ਹੁਣ ਸਮਾਂ ਆ ਗਿਆ ਸੀ ਫਾਊਂਡੇਸ਼ਨ ਦਾ ਕੰਮ ਸ਼ੁਰੂ ਕਰਨ ਦਾ, ਪਰ
महीनों का समा तय किया गया, पर फिर एक होर परेशानी आ गई। इतने शेख सुल्तान ने इस बिल्डिंग पूरा करने का आखिरी समा जानी कि डेडलाइन जारी कर दी। ठीक 2 साल बाद अबू धाबी के फ्यूचर एनर्जी समिट होना सी। इस करके खलीफा चाहते सन कि एनर्जी समिट तो पहला यह बिल्डिंग पूरी तरह बन के तैयार हो जाए। हुण इंजीनियर्स दे कोल सिर्फ 24 महीनों का समा सी, जिस दे विच उन्होंने फाउंडेशन भी पाउनी सी, बिल्डिंग भी खड़ी करनी सी, बिल्डिंग के इंटीरियर का काम भी करना सी। इह चुनौती मिलदिया ही कंस्ट्रक्शन की टीम दे विच हलचल मच गई, जिस करके उन्होंने कंस्ट्रक्शन का पूरा समा ही बदलना पिया। भाव कि जिहड़ी बिल्डिंग की फाउंडेशन जां आपां कहीए नींह नूं तैयार करन लई 8 महीनों का समा तय किया गया सी, उसनूं 3 महीनों के विच ही पूरा कर दिता गया। चैलेंज नंबर 4, जदों फाउंडेशन पूरी तरह दे नाल सुक गई, कंस्ट्रक्शन टीम फिर तो मैदान दे विच आ गई। हुण उन्हां दा चैलेंज सी कि टावर की कंस्ट्रक्शन शुरू कर दा, पर इत्थे उन्हां दे सामने एक होर चैलेंज आ गया। नॉर्मल स्काई स्केपर सॉल्ट कोर दे नेड़े तेड़े बने हुंदे हन ते ओह सिद्धा उपर नूं जांदे हन, पर कैपिटल गेट बिल्डिंग दे केस दे विच इक अजिहा कोर बनाया सी जिहड़ा कि झुकाव दे कारण दूजे पासे नूं झुक सकदा सी, जिस दे बहुत खतरनाक नतीजे निकल सकदे सन। इस मसले नूं हल करन दे लई इंजीनियर्स नूं रवायती नियमां तों हट के काम करना पैणा सी, जिस करके इह प्लान कीता गया कि कैपिटल बिल्डिंग दा कोर सिद्धा नहीं बल्कि मुड़िया होया बनाया जाएगा ते कोर पूरा होण तों बाद बिल्डिंग दा बाकी हिस्सा इस दे आले दुआले फिट कीता जाएगा। हुण उन्होंने कवड कोर दा काम छेती तों छेती शुरू करना सी ताकि डेडलाइन तों पहलां उह अपना काम खत्म कर सकण। चैलेंज नंबर 5, इस खास किस्म दे कोर नूं बनाउण दे लई हैरानीजनक तौर ते 2.15 करोड़ किलो स्टील ते 3.60 करोड़ किलो कंक्रीट सीमेंट दी वरतों होणी सी। तां इत्थे इक होर परेशानी सामने आ गई, आबू धाबी दी गर्मी इन्नी ज्यादा है कि उत्थे दिन दे विच टैंपरेचर 50 डिग्री दे आसपास पहुंच जांदा है, जेकर कंक्रीट नूं इन्नी गर्मी दे विच इत्थे पाया जांदा तां इह समें तों पहलां सुक जांदा ते इस दे विच क्रैक भी आ जाणे सी। हुण कंस्ट्रक्शन टीम ने इक अजिहा हल सोचना सी जिस दे नाल कंक्रीट जल्दी दे नाल ना सुके। हुण आखिरकार इह सोचिया गया कि कंक्रीट बणाउंदे समें जिहड़ा इस दे विच पाणी पाया जांदा है ओह सधारण पाणी इस दे विच नहीं पाया जाएगा, बल्कि इस दे विच ठंडा पाणी पाया जाएगा। कंक्रीट नूं दिन दे समें नहीं बल्कि रात दे समें पाया जाएगा जदों तापमान 30 डिग्री तक आ जाता है। इस काम नूं पूरा करन दे लई आइस फैक्टरी तों बर्फ मंगवाई जाती, इस नूं पघला के इस दे ठंडे पानी दी नाल कंक्रीट तैयार किया जाता। 150 रातां जां कहीए आपां 5 महीनों दे विच उन्होंने कैपिटल गेट बिल्डिंग दा कवड कोर तैयार कर लिया। चैलेंज नंबर 6, आबू धाबी दे सेंटर दे विच इक वर्ल्ड क्लास स्ट्रक्चर बनाया जा रहा सी जिस दा अद्धे तों वध काम पूरा हो चुक्या सी, पर असल चुनौती हजे भी बाकी सी। कंस्ट्रक्शन टीम ने कोर नूं तां कवड शेप दे दित्ती सी ते हुण वारी सी बिल्डिंग दे असली झुकाव दी। इस दे लई डायग्रिड टेक्नोलॉजी दी वरतों होणी सी जिस दे विच लोहे दे नाल बणे हुए फ्रेमां नूं छोटे छोटे हिस्सों दे विच इस बिल्डिंग दे आले दुआले लगा के इस बिल्डिंग नूं झुकाया जाना सी। इस दे लई कुल 720 लोहे दे फ्रेम लगने सन ते इस बिल्डिंग दी शेप दे कारण हर फ्रेम नूं अलग तों डिजाइन करना पैणा सी। इस बिल्डिंग दे विच 720 फ्रेम लगने सन ते हरेक फ्रेम दा वजन 16,000 किलो सी ते हरेक फ्रेम दा साइज भी अलग अलग सी। इस काम नूं पूरा करन दे लई शारजा दी इक स्टील मैनुफैक्चरिंग कंपनी नूं इह टास्क दित्ता गया, क्योंकि हर इक फ्रेम दी शेप इक दूजे तों अलग सी, इस करके इन्हां नूं पूरे 720 फ्रेम बनाउण दे लई 5 महीनों दा समां लग गया। चैलेंज नंबर 7, सारे वर्करां दी अणथक मेहनत दे कारण इस बिल्डिंग दा डाइग्रेड पूरा हो गया। विंडो लगाउण दा काम चल रहा सी ते होर छोटे मोटे काम ही बस बाकी बचे सन, जिहड़ा कि सुल्तान दी दित्ती हुई डेडलाइन तों पहलां ही इन्हां ने काम नूं पूरा कर देना सी। इह बिल्डिंग बिल्कुल तैयार हो के हैंडओवर करन दे बिल्कुल नेड़े तेड़े सी उदों ही आबू धाबी दे खलीफा दे दफ्तर दे विचों इक होर मैसेज आउंदा है, जिस दे विच उन्होंने कैपिटल गेट बिल्डिंग दे टॉप दे उपर इक हैलीपैड बनाउण नूं भी कहा। शेख दा इह मैसेज कंस्ट्रक्शन टीम दे उपर पहाड़ बन के डिगया, क्योंकि फाउंडेशन तों लै के डाइग्रेड तक दा सारा काम पूरा हो चुक्या सी ते कैपिटल गेट बिल्डिंग दा सारा भार पहलां तों ही कैलकुलेट कीता गया सी। मतलब कि इस बिल्डिंग दा डिजाइन बनाउंदे समें हैलीपैड ते हैलीकाप्टर दा भार इस दे विच शामिल नहीं कीता गया सी। इह मसला कैपिटल गेट बिल्डिंग दी कंस्ट्रक्शन दे दौरान खड़ा होण वाला सब तों वड्डा मसला सी। हुण फिनिशिंग दा काम रोक के इक वार फिर तों सारी कंस्ट्रक्शन दी कैलकुलेशन दोबारा तों कीती गई। कैलकुलेशन करन तों बाद इह हल कढ़िया गया कि स्ट्रक्चर हैलीपैड दा भार तां झल लवेगा, पर इस बिल्डिंग दा डिजाइन अजिहा सी जिस दे विच तेज हवा दे दौरान इस बिल्डिंग दे उपर हैलीकाप्टर लैंड करदे समें क्रैश भी हो सकदा सी। पर किसी भी तरां दे नाल इस बिल्डिंग दे उपर हैलीपैड बनाउणा जरूरी सी क्योंकि शेख दा ऑर्डर सी। इस दे लई लंडन दे विच कैपिटल गेट बिल्डिंग दे मॉडम दे नाल विंड टेस्ट कीता गया, जिस दे विच इह गल साबित हो गई कि तेज हवा दे विच इस बिल्डिंग दे उपर कोई भी हैलीकाप्टर सेफली लैंड नहीं कर सकदा, उस दा क्रैश होण दा खतरा बहुत ज्यादा है। विंड इंजीनियर लिंकटन ने सलाह दित्ती कि हैलीपैड दे डिजाइन दे विच थोड़े बदलाव कीते जाण ते हैलीपैड दी उचाई नूं 2 मीटर घट कर दित्ता जावे, उस दे नाल भी काफी ज्यादा परेशानी हल हो जाएगी। जदों इस बिल्डिंग दे मॉडल दे विच हैलीपैड दे डिजाइन नूं बदल के फिर तों चेक कीता गया तां इह गल सही साबित हुई, हुण हैलीकाप्टर इस बिल्डिंग दे उपर उतर सकदा सी। इह खबर मिलदे ही कैपिटल गेट दे उपर हैलीपैड दी कंस्ट्रक्शन शुरू कर दित्ती गई ते इस बिल्डिंग नूं टाइम तों पहलां ही आबू धाबी दे सुल्तान दे हवाले कर दित्ता गया। इह सी जी कैपिटल गेट बिल्डिंग दे नाल जुड़ी हुई कुछ रोचक जानकारी। तुहानूं साडी वीडियो किदां लगी कमेंट करके जरूर दसना, साडे यूट्यूब दे चैनल जो टीवी नूं जरूर सबसक्राइब करना ते फेसबुक दे पेज जो टीवी नूं जरूर फॉलो करना। धन्यवाद।